ਸੋਸ਼ਲ ਮੀਡੀਆ ਮਾਧਿਅਮ ਰਾਹੀਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਿੱਕੀ ਸੰਧੂ ਓਮ ਗਲੋਬਲ ਐਜੂਕੇਸ਼ਨ ਸਰਵਿਸਿਜ਼ ਤੋਂ। ਲਾਸਟ 2-3 ਦਿਨ ਦੀ ਗੱਲ ਕਰਦੇ ਕਿ ਕਾਫੀ ਸਟੂਡੈਂਟਸ ਮਿਲ ਕੇ ਗਏ ਸੀਗੇ ਰਿਗਾਰਡਿੰਗ ਕੈਨੇਡਾ ਵੀਜ਼ਾ ਦੇ। ਸੋ ਬੜੇ ਝੋਲਾ ਚੱਕ ਏਜੰਟਸ ਦੇ ਰੂਮਰ ਹੈ ਕਿ ਕੈਨੇਡਾ ਵੀਜ਼ਾ ਬੰਦ ਹੋ ਗਿਆ, 25% ਚਾਂਸ ਹੈ ਕੈਨੇਡਾ ਦੇ ਵੀਜ਼ਾ ਲੱਗਣ ਦੇ, ਕੈਨੇਡਾ ਨੇ ਵੀਜ਼ੇ ਬੰਦ ਕਰ ਦਿੱਤੇ ਆ, ਹੁਣ ਕਿਸੇ ਨੂੰ ਵੀਜ਼ਾ ਨਹੀਂ ਮਿਲਣਾ, ਕੋਈ ਵੀ ਕੈਨੇਡਾ ਨਹੀਂ ਜਾਊਗਾ। ਸੋ ਇਹ ਸਾਰੇ ਸਵਾਲ ਸੀਗੇ ਜਿਹਦੇ ਕਰਕੇ ਸਟੂਡੈਂਟਸ ਵੀ ਕਾਫੀ ਡਾਊਟਫੁਲ ਸੀਗੇ ਤੇ ਕਈ ਨਿਰਾਸ਼ ਸੀਗੇ ਕਿ ਹੁਣ ਸਾਡਾ ਕੀ ਬਣੂਗਾ। ਜਿਹੜੇ ਕੈਨੇਡਾ ਅਪਲਾਈ ਕਰਨਾ ਚਾਹੁੰਦੇ ਸੀਗੇ, ਕੈਨੇਡਾ ਦੇ ਪੜ੍ਹਾਈ ਕਰਨ ਦੀ ਤਿਆਰੀ ਕੀਤੀ ਸੀਗੀ, ਉਹਨਾਂ ਬੱਚਿਆਂ ਦਾ ਕੀ ਬਣੂਗਾ। ਸੋ ਇਹ ਸਾਰੇ ਰਿਊਮਰਸ ਦੇ ਅਗੇਂਸਟ ਮੈਂ ਆਨਸਰ ਕਰਨਾ ਚਾਹੂੰਗਾ ਕਿ ਅਗਰ ਆਪਾਂ ਪਹਿਲੇ ਗੱਲ ਕਰਦੇ ਕਿ ਜਿਹੜੇ ਏਜੰਟਸ ਦਾ ਇਹ ਦਾਅਵਾ ਹੈ ਕਿ ਕੈਨੇਡਾ ਬੰਦ ਹੋ ਗਿਆ, ਪਹਿਲੀ ਗੱਲ ਕੋਈ ਵੀ ਕੰਟਰੀ ਕਦੀ ਵੀ ਨਾ ਤੇ ਵੀਜ਼ੇ ਖੋਲਦੀ ਹੈ ਤੇ ਨਾ ਹੀ ਵੀਜ਼ੇ ਬੰਦ ਕਰਦੀ ਹੈ। ਇਹ ਕੋਈ ਸ਼ੌਪ ਨਹੀਂ ਹੈਗੀ ਕਿ ਸਵੇਰੇ ਸ਼ੁਰੂ ਕਰਤੀ ਸ਼ਾਮੀ ਬੰਦ ਹੋ ਗਈ। ਸੋ ਵੀਜ਼ਾ ਜੋ ਸਟੈਂਡਰਡ ਹੈਗੇ ਆ ਆਪਣੀ ਪ੍ਰੋਸੈਸਿੰਗ ਦੇ ਵਿੱਚ ਮਿਲਦੇ ਆ, ਡਿਫਰੈਂਸ ਜ਼ਰੂਰ ਆਉਂਦਾ ਕਿ ਜਿਹੜੀ ਚੰਗੀ ਪ੍ਰੋਫਾਈਲ ਦੀ ਐਪਲੀਕੇਸ਼ਨ ਜਦੋਂ ਪ੍ਰੋਸੈਸ ਹੁੰਦੀਆਂ ਉਦੋਂ ਵੀਜ਼ਾ ਮਿਲਦੇ ਆ, ਐਪਲੀਕੇਸ਼ਨ ਮਾੜੀ ਹੈ ਤਾਂ ਉਹਨੂੰ ਵੀਜ਼ਾ ਨਹੀਂ ਮਿਲਦੇ। ਸੋ ਜਿਹੜੇ ਏਜੰਟ ਇਹ ਗੱਲ ਕਹਿੰਦੇ ਆ ਕਿ 25% ਚਾਂਸ ਨੇ, ਉਹ ਕਿਸ ਸਨੈਰੀਓ ਤੇ ਜਾਂ ਕਿਹੜੇ ਬੇਸਿਸ ਦੇ ਉੱਪਰ ਤੁਸੀਂ ਕਹਿੰਦੇ ਹੋ ਕਿ 25% ਚਾਂਸ ਨੇ ਕੈਨੇਡਾ ਦੇ ਵੀਜ਼ਾ ਗ੍ਰਾਂਟ ਹੋਣ ਦੇ? ਔਰ ਜਿਹੜੇ ਕਈ ਏਜੰਟ ਇੱਦਾਂ ਦੇ ਕਿ 4-4, 5-5 ਰਿਫਿਊਜ਼ਲ ਤੋਂ ਬਾਅਦ ਜਿਹੜੇ ਆਵਾਜ਼ਾਂ ਮਾਰਦੇ ਕਿ ਆਓ ਅਸੀਂ ਕੈਨੇਡਾ ਕਰਾਉਂਦੇ ਹਾਂ, ਆਓ ਅਸੀਂ ਕੈਨੇਡਾ ਕਰਾਉਂਦੇ ਹਾਂ, ਤੁਸੀਂ ਪਹਿਲਾਂ ਹੀ ਉਹ ਐਪਲੀਕੇਸ਼ਨ ਨੂੰ ਸਿਲੈਕਟ ਕਰ ਰਹੇ ਹੋ ਜਿਹੜੀ ਮਲਟੀਪਲ ਟਾਈਮ ਰਿਫਿਊਜ਼ ਹੋ ਚੁੱਕੀ ਹੈ। ਜਿਹੜੇ ਜੂਸ ਜਦੋਂ ਨਿਕਲ ਜਾਂਦਾ ਨਾ, ਉਹ ਐਕਸਟਰਾ ਜਿਹੜੀ ਉਹਦੇ 'ਚੋਂ ਚੀਜ਼ ਬਚਦੀ, ਤੁਸੀਂ ਉਹਦੇ 'ਚੋਂ ਜੂਸ ਕੱਢਣਾ ਚਾਹੁੰਦੇ ਹੋ, ਉਹ ਨਹੀਂ ਮਿਲਣਾ। ਸੋ ਕਈ ਏਜੰਟ ਦੀ ਇਹ ਗਲਤੀ ਹੈ, 1-2-4-5 ਐਪਲੀਕੇਸ਼ਨ ਰਿਫਿਊਜ਼ ਹੈ, ਉਹਦੇ ਵਿੱਚੋਂ ਵੀਜ਼ਾ ਲੈਣਾ ਚਾਹੁੰਦੇ ਆ। ਅਗਰ ਤਾਂ ਵੈਲਿਡ ਰੀਜ਼ਨ ਹੈ ਤੁਹਾਡੇ ਕੋਲ ਉਸ ਚੀਜ਼ ਦਾ ਆਨਸਰ ਹੈ, ਤੁਸੀਂ ਉਦੋਂ ਵੀਜ਼ਾ ਲੈ ਸਕਦੇ ਹੋ। ਅਦਰਵਾਈਜ਼ ਜਿਹੜੇ ਵੀ ਕਈ ਏਜੰਟ ਦੀ ਪਰਚੀ ਕਰਦੇ ਆ ਜੀ, ਉਹ 25,000 ਲੈ ਲਿਆ, 50,000 ਲੈ ਲਿਆ, 1,00,000 ਲੈ ਲਿਆ, ਲਿਆਓ ਭਾਜੀ ਤੁਹਾਡਾ ਵੀਜ਼ਾ ਕਰਾ ਦਾਂਗੇ, ਬਟ ਇਨ ਦੀ ਐਂਡ ਰਿਜ਼ਲਟ ਨਹੀਂ ਆਉਂਦਾ। ਕਈ ਏਜੰਟ ਦੀ ਆਪਣੀ ਗਲਤੀ, ਕਈਆਂ ਨੂੰ ਇਹੀ ਨਹੀਂ ਪਤਾ ਕਿ ਮੈਂ ਪ੍ਰੋਗਰਾਮ ਕੀ ਦੇਣਾ ਚਾਹੁੰਦਾ, ਕਈਆਂ ਨੂੰ ਇਹੀ ਨਹੀਂ ਪਤਾ ਕਿ ਕਿਹੜਾ ਕਾਲਜ ਦੇਣਾ ਔਰ ਕਿਹੜਾ ਕੋਰਸ ਸੂਟੇਬਲ ਰਹੇਗਾ, ਪੜ੍ਹਾਈ ਦੇ ਅਕੋਰਡਿੰਗ ਕੀ ਦੇਣਾ। ਕਈਆਂ ਨੂੰ ਵੀਜ਼ਾ ਫਾਈਲਿੰਗ ਕਰਨੀ ਨਹੀਂ ਆਉਂਦੀ, ਸੋ ਉਹਨਾਂ ਦੇ ਵੀਜ਼ਾ 'ਤੇ ਰਿਫਿਊਜ਼ ਹੋਣੇ ਹੀ ਆ ਜੀ। ਉਹ ਆਪਣੇ ਆਫਿਸ ਦੀ ਬੇਸਿਸ ਦੇ ਉੱਪਰ ਤੁਹਾਨੂੰ ਕਹਿੰਦੇ ਕਿ ਵੀਜ਼ਸ ਨਹੀਂ ਆਉਂਦੇ। ਸੋ ਇਹਨਾਂ ਦੇ ਆਨਸਰ ਅਗਰ ਮੈਂ ਗੱਲ ਕਰਦਾ ਕਿ ਓਮ ਗਲੋਬਲ ਐਜੂਕੇਸ਼ਨ ਸਰਵਿਸਿਸ ਤੁਸੀਂ ਵਿਜ਼ਿਟ ਕਰੋ, ਮੇਰੇ ਕੋਲ ਆਇਲਸ ਦੇ ਉੱਪਰ ਵੀਜ਼ਾਸ ਹੈ, ਮੇਰੇ ਕੋਲ PTE ਦੇ ਉੱਪਰ ਵੀਜ਼ਾਸ ਹੈ, ਮੇਰੇ ਕੋਲ ਰਿਫਿਊਜ਼ ਐਪਲੀਕੇਸ਼ਨ ਦੇ ਉੱਪਰ ਵੀਜ਼ਾਸ ਹੈ। ਸੋ ਐਕਸਪਰਟ ਟੀਮ ਹੈ ਜਿਹੜੀ ਤੁਹਾਨੂੰ ਗਾਈਡ ਕਰਦੀ ਅਕੋਰਡਿੰਗਲੀ ਕਿ ਤੁਹਾਡੀ ਐਪਲੀਕੇਸ਼ਨ ਦਾ ਸੂਟੇਬਲ ਕੋਰਸ ਕਿਹੜਾ ਰਹੇਗਾ, ਕਿਹੜੇ ਕਾਲਜ ਦੇ ਵਿੱਚ ਅਪਲਾਈ ਕਰ ਸਕਦੇ ਹੋ। ਅਗਰ ਆਪਾਂ ਕਾਲਜ ਦੀ ਗੱਲ ਕਰਦੇ ਹਾਂ, ਸੋ ਇੱਕ ਇਹ ਵੀ ਰਿਊਮਰ ਰਿਹਾ, ਯੂਨੀਵਰਸਿਟੀਜ਼ ਦੇ ਵਿੱਚ ਵੀਜ਼ਾਸ ਆਉਂਦੇ ਆ, ਕਾਲਜ ਦੇ ਵਿੱਚ ਵੀਜ਼ਾਸ ਨਹੀਂ ਆਉਂਦੇ। ਥੋੜ੍ਹਾ ਜਿਹਾ ਬੈਕ ਜਾਣਾ ਚਾਹਾਂਗੇ, ਜਿਹੜੇ ਏਜੰਟ ਇਹ ਚੀਜ਼ ਕਹਿੰਦੇ ਆ, ਪਹਿਲੇ ਖੁਦ ਦੇਖੋ, ਤੁਸੀਂ ਪ੍ਰਾਈਵੇਟ ਕਾਲਜ ਵੇਚਦੇ ਹੋ, ਉਦੋਂ ਕਾਲਜਾਂ ਨੂੰ ਤੁਸੀਂ ਪ੍ਰਮੋਟ ਕੀਤਾ, ਅੱਜ ਤੁਸੀਂ ਕਹਿੰਦੇ ਕਿ ਯੂਨੀਵਰਸਿਟੀਜ਼ 'ਚ ਵੀਜ਼ਾ। ਸੋ ਅਗਰ ਕਾਲਜ ਦੀ ਗੱਲ ਕਰਦੇ ਹਾਂ, ਇੱਕ ਕਾਲਜ ਦੇ ਵਿੱਚ ਐਪਲੀਕੇਸ਼ਨ ਪ੍ਰੋਸੈਸ ਹੋਈ, ਜਿਹੜੇ ਸਰਕਾਰ ਦੇ ਵੱਲੋਂ ਮਾਨਤਾ ਪ੍ਰਾਪਤ ਕਾਲਜ ਹੈ, ਕੀ ਗੱਲ ਉਹਦੇ ਵਿੱਚ ਵੀਜ਼ਾ ਤਾਂ ਨਹੀਂ ਗ੍ਰਾਂਟ ਹੋਊਗੇ? ਸੋ ਕਈ ਵਾਰ ਏਜੰਟ ਕਹਿੰਦੇ ਕਿ 25% ਚਾਂਸ ਨੇ, ਔਰ ਯੂਨੀਵਰਸਿਟੀ ਦੇ ਵਿੱਚ ਜੇ ਤੁਸੀਂ ਆਫਰ ਵੀ ਲੈ ਲਓਗੇ 90% ਤੁਹਾਨੂੰ ਵੀਜ਼ਾ ਮਿਲ ਜੂਗਾ। ਪਹਿਲਾਂ ਮੈਨੂੰ ਇਹ ਦੱਸੋ ਕਿ ਤੁਸੀਂ ਖੁਦ ਕਨਫਿਊਜ਼ ਹੋ, ਤੁਸੀਂ ਅੱਗੇ ਕੀ ਕਹੋਗੇ? ਇੱਕ ਪਾਸੇ ਕਹਿੰਦੇ 25% ਚਾਂਸ ਆ ਓਵਰਆਲ, ਦੂਜੇ ਪਾਸੇ ਤੁਸੀਂ ਕਹਿੰਦੇ ਕਿ ਯੂਨੀਵਰਸਿਟੀ ਦੀ ਆਫਰ ਲੈਟਰ ਲੈ ਲੈਂਦੇ ਔਰ 90% ਚਾਂਸ ਹੋਣਗੇ ਵੀਜ਼ਾ ਦੇ। ਇਸ ਹਿਸਾਬ ਨਾਲ ਜੇ 10 ਫਾਈਲਾਂ ਅਗਰ ਕਿਸੇ ਅੰਬੈਸੀ ਦੇ ਵਿੱਚ ਪਾਈਆਂ ਜਾਂਦੀਆਂ, ਯੂਨੀਵਰਸਿਟੀ ਦੀ ਐਪਲੀਕੇਸ਼ਨ ਕਰੋਗੇ 90% ਜੇ ਤੁਸੀਂ ਕਹਿੰਦੇ ਹੋ, ਇਸ ਹਿਸਾਬ ਨਾਲ ਸਕਸੈਸ ਰੇਟ 90% ਹੋ ਜਾਂਦਾ। ਸੋ ਕਿਸ ਬੇਸਿਸ ਦੇ ਉੱਪਰ ਤੁਸੀਂ ਕਹਿੰਦੇ ਹੋ ਕਿ ਕੈਨੇਡਾ ਬੰਦ ਹੋ ਚੁੱਕਾ? ਸੋ ਤੁਹਾਡੀ ਆਪਣੀ ਜਿਹੜੀ ਇੰਟਰਨਲ ਜਿਹੜੀ ਕੈਲਕੂਲੇਸ਼ਨ ਉਹੀ ਮਾੜੀ ਹੈ ਜੀ। ਸੋ ਪਲੀਜ਼ ਮੇਰੀ ਹੱਥ ਜੋੜ ਕੇ ਰਿਕੁਐਸਟ ਹੈ, ਅਗਰ ਤੁਹਾਨੂੰ ਕੰਮ ਨਹੀਂ ਆਉਂਦਾ, ਤੁਸੀਂ ਹੱਥ ਜੋੜ ਕੇ ਸਾਈਡ ਦੇ ਹੋ ਜਾਓ। ਸੋ ਸਟੂਡੈਂਟ ਨੂੰ ਗੁੰਮਰਾਹ ਨਾ ਕਰੋ, ਸਟੂਡੈਂਟ ਨੂੰ ਗਲਤ ਗਾਈਡ ਨਾ ਕਰੋ। ਕੁਛ ਏਜੰਟ ਇੱਦਾਂ ਦੇ ਨੇ ਕਿ ਜਿਨ੍ਹਾਂ ਨੇ ਬੜਾ ਮੌਂਟਰੀਅਲ ਪ੍ਰਮੋਟ ਕੀਤਾ ਸੀਗਾ ਕਿ ਮੌਂਟਰੀਅਲ ਜਾਓ, ਫੀਸ ਦਿਓ ਵੀਜ਼ਾ ਲੱਗਣ ਤੋਂ ਬਾਅਦ, ਮੌਂਟਰੀਅਲ ਜਾਓ, ਫੀਸ ਦਿਓ ਵੀਜ਼ਾ ਲੱਗਣ ਤੋਂ ਬਾਅਦ, ਗਲੀ ਗਲੀ 'ਚ ਇਹੋ ਜਿਹੇ ਹੋਕੇ ਮਾਰੇ, ਗਲੀ ਗਲੀ 'ਚ ਇੱਦਾਂ ਦੀ ਪ੍ਰਮੋਸ਼ਨ ਕੀਤੀ, ਬਟ ਜਦੋਂ ਮਾੜੇ ਕਾਲਜਾਂ 'ਚ ਅਪਲਾਈ ਕਰਾ ਕੇ ਫੀਸ ਦਸਾਰੀ, ਅੱਜ ਸਾਰੇ ਜਣੇ ਕੈਨੇਡਾ ਨੂੰ ਉੱਥੇ ਹੱਥ ਜੋੜਦੇ ਹੋ, ਅਤੇ ਅੱਜ ਪ੍ਰਮੋਸ਼ਨ ਹੁੰਦੀ ਹੈ ਆਸਟ੍ਰੇਲੀਆ ਦੀ। ਆਸਟ੍ਰੇਲੀਆ ਸਟੂਡੈਂਟ ਵੀਜ਼ਾ ਜਿਹੜੇ ਵੀ ਏਜੰਟ ਕਰਨਾ ਚਾਹੁੰਦੇ, ਜੀ ਸੱਦ ਕੇ ਕਰੋ, ਤੁਹਾਡਾ ਆਪਣਾ ਕਾਰੋਬਾਰ ਹੈ, ਘਰੋਂ ਚੱਲ ਕੇ ਆਇਆ ਜਿਹੜਾ ਵੀ ਕੰਮ ਕਰਨ ਲਈ ਆਉਂਦਾ, ਸੋ ਉਹਨੂੰ ਪ੍ਰਮੋਟ ਕਰੋ ਇੱਕ ਅਕੋਰਡਿੰਗਲੀ। ਬਟ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਦੂਜੀ ਕੰਟਰੀ ਨੂੰ ਪ੍ਰਮੋਟ ਕਰਨ ਦੀ ਜਗ੍ਹਾ 'ਤੇ ਗਲਤ ਤੁਸੀਂ ਉਹਦੇ ਬਾਰੇ ਦੱਸਣਾ ਚਾਹੋਗੇ ਜਾਂ ਕਈ ਸਟੂਡੈਂਟਸ ਨੂੰ ਗੁੰਮਰਾਹ ਕਰਦੇ ਹੋ। ਸੋ ਹਾਫ ਨੌਲੇਜ ਜਿਹੜੀ ਹੈ ਬੜੀ ਡੇਂਜਰਸ ਹੁੰਦੀ ਹੈ। ਸੋ ਜਿਨ੍ਹਾਂ ਦੇ ਕੋਲ ਹਾਫ ਨੌਲੇਜ ਹੈ, ਪਲੀਜ਼ ਰਿਸਰਚ ਕਰ ਲਓ, ਅੱਜ ਕੱਲ੍ਹ ਰਿਸੋਰਸਿਸ ਬਹੁਤ ਹੈ, ਵੈਬਸਾਈਟਸ 'ਤੇ ਜਾ ਸਕਦੇ ਹੋ, ਗਵਰਨਮੈਂਟ ਵੈਬਸਾਈਟਸ 'ਤੇ ਗੂਗਲ ਕਰਕੇ ਤੁਸੀਂ ਡਿਟੇਲਸ ਹਰ ਇੱਕ ਚੀਜ਼ ਦੀ ਲੈ ਸਕਦੇ ਹੋ, ਗਲਤ ਰਿਊਮਰਸ ਨਾ ਫੈਲਾਓ। ਸੋ ਅਪਾਰਟ ਫਰੋਮ ਦੀ ਰਿਊਮਰਸ, ਅਗਰ ਆਪਾਂ ਗੱਲ ਕਰਦੇ ਹਾਂ ਕੈਨੇਡੀਅਨ ਸਟੂਡੈਂਟ ਵੀਜ਼ਾ ਜਾਂ ਕੈਨੇਡੀਅਨ ਵਿਜ਼ਿਟਰ ਵੀਜ਼ਾ ਦੀ, ਤੁਹਾਡੀ ਐਪਲੀਕੇਸ਼ਨ ਰਿਫਿਊਜ਼ ਹੈ, ਜਿਹੜੇ ਵੀ ਐਪਲੀਕੈਂਟਸ 6-inch ਬੈਂਡ ਸਕੋਰ ਦੇ ਨਾਲ ਕੈਨੇਡਾ ਜਾਣਾ ਚਾਹੁੰਦੇ ਹੋ, ਉਹ ਪਹਿਲਾਂ ਵੀ ਅਪਲਾਈ ਕਰਦੇ ਸੀਗੇ ਅਤੇ ਅੱਜ ਵੀ ਕਰ ਸਕਦੇ ਆ, ਵੀਜ਼ਾਸ ਮਿਲਦੇ ਆ, ਬਟ ਉਹਨਾਂ ਨੂੰ ਮਿਲਦੇ ਆ ਜਿਹੜੀ ਫਾਈਲ ਚੰਗੀ ਆ ਜਾਂ ਜਿਹਦੀ ਰੀਪ੍ਰਜੈਂਟੇਸ਼ਨ ਚੰਗੀ ਆ। ਹੁਣ ਜਿਹੜੇ ਏਜੰਟ
ਸੋ ਆਪਣਾ ਏਜੰਟ ਜਾਂ ਆਪਣਾ ਕੰਸਲਟੈਂਟ ਜਿਹੜਾ ਉਹ ਬੜਾ ਵਾਈਜ਼ਲੀ ਚੂਜ਼ ਕਰੋ, ਰਿਸਰਚ ਕਰੋ ਉਸ ਚੀਜ਼ ਦੇ ਉੱਪਰ, ਜਾਂ ਓਵਰਆਲ ਦੇਖੋ ਕਿ ਉਹ ਏਜੰਟ ਦੇ ਵੀਜ਼ਾ ਗ੍ਰਾਂਟ ਹੋ ਰਹੇ ਆ ਜਾਂ ਨਹੀਂ ਹੋ ਰਹੇ। ਉਮਰ ਗੋਬਲ ਐਜੂਕੇਸ਼ਨ ਸਰਵਿਸਿਜ਼ ਦੀ ਅਗਰ ਆਪਾਂ ਗੱਲ ਕਰਦੇ ਹਾਂ, ਸਾਡੇ ਕੋਲ ਆਉਣ ਤੋਂ ਪਹਿਲੇ ਸਾਡੇ ਰੀਸੈਂਟ ਵੀਜ਼ਾ ਚੈੱਕ ਕਰੋ, ਫੇਸਬੁੱਕ 'ਤੇ ਚੈੱਕ ਕਰੋ, ਇੰਸਟਾਗ੍ਰਾਮ 'ਤੇ ਚੈੱਕ ਕਰੋ, ਪਹਿਲਾਂ ਲੱਗੇ ਹੋਏ ਵੀਜ਼ਾ ਦੇਖੋ, ਫਿਰ ਆਫਿਸ ਦੇ ਵਿੱਚ ਆਓ, ਐਕਸਪਰਟ ਟੀਮ ਨੂੰ ਮਿਲੋ, ਅਕੋਰਡਿੰਗਲੀ ਤੁਸੀਂ ਦੇਖੋ ਕਿ ਕਿਹੜੇ ਏਜੰਟ ਦੇ ਕੋਲ ਆਪਣੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਨਾ ਚਾਹੁੰਦੇ ਹੋ। ਅਪੁਆਇੰਟਮੈਂਟ ਬੁਕਿੰਗ ਲਈ ਤੁਸੀਂ ਕਾਲ ਕਰ ਸਕਦੇ ਹੋ, ਤਾਂ ਐਕਸਪਰਟ ਟੀਮ ਨੂੰ ਮਿਲਣ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ 9168-9168। ਧੰਨਵਾਦ।